1999 ਵਿੱਚ ਭਾਰਤ ਦੀ ਪਾਕਿਸਤਾਨ ਨਾਲ ਹੋਈ ਕਾਰਗਿਲ ਲੜਾਈ ਵਿੱਚ ਭਾਰਤ ਨੇ ਜਿੱਤ ਪ੍ਰਾਪਤ ਕੀਤੀ ਸੀ। ਇਸ ਲੜਾਈ ਵਿੱਚ ਤਕਰੀਬਨ 528 ਭਾਰਤੀ ਫੌਜ ਦੇ ਜਵਾਨਾਂ ਨੇ ਆਪਣੇ ਜੀਵਨ ਦੀ ਕੁਰਬਾਨੀ ਦੇ ਕੇ ਇਹ ਫਤਿਹ ਹਾਸਲ ਕੀਤੀ ਸੀ। ਉਹਨਾਂ 6 ਜਵਾਨਾਂ ਵਿੱਚੋਂ ਇੱਕ ਜਵਾਨ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਪੁਰਾਣਾ ਸ਼ਾਲਾ ਦਾ ਰਹਿਣ ਵਾਲਾ ਸੂਬੇਦਾਰ ਨਿਰਮਲ ਸਿੰਘ ਸੀ, ਜਿਨ੍ਹਾਂ ਨੂੰ ਸ਼ਹੀਦ ਹੋਣ ਦੇ ਉਪਰੰਤ ਤਤਕਾਲੀਨ ਰਾਸ਼ਟਰਪਤੀ ਵੱਲੋਂ ਵੀਰ ਚੱਕਰ ਨਾਲ ਸਨਮਾਨਿਤ ਵੀ ਕੀਤਾ ਗਿਆ। ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਦੇ ਰਹਿਣ ਵਾਲੇ ਕਾਰਗਿਲ ਸ਼ਹੀਦ ਸੂਬੇਦਾਰ ਨਿਰਮਲ ਸਿੰਘ, ਜਿਨ੍ਹਾਂ ਦੀ ਪਤਨੀ ਅਤੇ ਬੇਟੇ ਨੇ ਸ਼ਹੀਦ ਪਿਤਾ ਨਿਰਮਲ ਸਿੰਘ ਦੀ ਸ਼ਹਾਦਤ ਦੀ ਯਾਦ ਨੂੰ ਆਪਣੇ ਅੰਦਰ ਸਮੋਏ ਰੱਖਿਆ ਅਤੇ ਸ਼ਹੀਦ ਦਾ ਬੁੱਤ ਵੀ ਘਰ ਵਿੱਚ ਸਥਾਪਿਤ ਕਰ ਰੱਖਿਆ। ਸ਼ਹੀਦ ਦੀ ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਜਦੋਂ ਨਿਰਮਲ ਸਿੰਘ ਨੇ ਸ਼ਹੀਦੀ ਜਾਂ ਪੀਤਾ ਸੀ ਤਾਂ ਉਹਨਾਂ ਦੇ ਦੋਨਾਂ ਪੁੱਤਰਾਂ ਵਿੱਚੋਂ ਇੱਕ ਦੀ ਉਮਰ 10 ਸਾਲ ਅਤੇ ਦੂਜੇ ਦੀ ਉਮਰ ਮਹਿਜ਼ 8 ਸਾਲ ਸੀ। ਉਸ ਸਮੇਂ ਸਰਕਾਰ ਦੇ ਨੁਮਾਇੰਦੇ ਸ਼ਹੀਦ ਨਿਰਮਲ ਸਿੰਘ ਦੀ ਸ਼ਹਾਦਤ ਉੱਤੇ ਦੁੱਖ ਸਾਂਝਾ ਕਰਨ ਆਏ ਅਤੇ ਵਾਅਦਾ ਵੀ ਕਰਕੇ ਗਏ ਕਿ ਸ਼ਹੀਦ ਦੇ ਇੱਕ ਬੱਚੇ ਨੂੰ ਨੌਕਰੀ ਦਿੱਤੀ ਜਾਵੇਗੀ। ਕਸਬੇ ਵਿੱਚ ਸ਼ਹੀਦ ਦੇ ਨਾਮ ਉੱਤੇ ਸ਼ਹੀਦੀ ਗੇਟ ਯਾਦਗਾਰੀ ਦੇ ਰੂਪ ਵਿੱਚ ਸਥਾਪਿਤ ਕੀਤਾ ਜਾਵੇਗਾ ਅਤੇ ਸ਼ਹੀਦ ਦੇ ਨਾਮ 'ਤੇ ਪਿੰਡ ਵਿੱਚ ਖੇਡ ਸਟੇਡੀਅਮ ਵੀ ਬਣਾਇਆ ਜਾਵੇਗਾ। ਲੇਕਿਨ ਇੰਨੇ ਸਾਲ ਬੀਤ ਜਾਣ ਦੇ ਬਾਅਦ ਵੀ ਸਰਕਾਰਾਂ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਮਾਂ ਨੇ ਬਹੁਤ ਮੁਸ਼ਕਲ ਨਾਲ ਪਾਲਿਆ ਪੋਸਿਆ ਵੱਡਾ ਕੀਤਾ। ਸਰਕਾਰ ਉਸ ਟਾਈਮ 'ਤੇ ਆਈ ਸੀਗੀ, ਸਰਕਾਰ ਕਹਿੰਦੀ ਸੀਗੀ ਅਸੀਂ ਤੁਹਾਡੇ ਵਾਸਤੇ ਬਹੁਤ ਕੁਛ ਕਰਾਂਗੇ, ਲੇਕਿਨ ਉਹਨੇ ਕੁਛ ਨਹੀਂ ਕੀਤਾ। ਉਸ ਟਾਈਮ 'ਤੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਸਰਕਾਰ ਨੇ ਕਿ ਅਸੀਂ ਨੌਕਰੀ ਦੇਵਾਂਗੇ, ਤੁਹਾਡੇ ਬੱਚਿਆਂ ਨੂੰ ਦੇਖਾਂਗੇ, ਰੱਖਾਂਗੇ, ਜੋ ਵੀ ਸੀਗਾ, ਬਟ ਉਹਨਾਂ ਨੇ ਕੁਛ ਨਹੀਂ ਕੀਤਾ। 2-3 ਸਾਲ ਤੋਂ ਬਾਅਦ ਕੋਈ ਯਾਨੀ ਕਿ ਨਾ ਕੋਈ ਆਇਆ ਨਾ ਕੁਛ ਹੋਇਆ। ਮੇਰੀ ਮਾਂ ਨੇ ਸਾਨੂੰ ਬਹੁਤ ਬਹੁਤ ਮੁਸ਼ਕਲ ਨਾਲ ਪਾਲਿਆ ਪੋਸਿਆ ਵੱਡਾ ਕੀਤਾ। ਇਹ ਲੋਕਾਂ ਨੂੰ ਯਾਨੀ ਕਿ ਭਰਮਾਉਂਦੇ ਆ ਕਿ ਅਸੀਂ ਵਿਜੈ ਦਿਵਸ ਮਨਾਉਂਦੇ ਹਾਂ, ਲੇਕਿਨ ਇਹਦਾ ਕੋਈ ਫਾਇਦਾ ਨਹੀਂ ਗਾ। ਉੱਪਰ ਉੱਪਰੋਂ ਕਰਦੇ ਆ, ਦਿਲੋਂ ਕੁਛ ਨਹੀਂ ਆਣਦੇ। ਉਸ ਟਾਈਮ 'ਤੇ ਆਉਂਦੇ ਆ, ਕਹਿੰਦੇ ਕਿ ਅਸੀਂ ਸਭ ਕੁਛ ਕਰ ਦਾਂਗੇ, ਬਟ ਜਦੋਂ ਵਿਜੈ ਦਿਵਸ ਨਿਕਲ ਜਾਂਦਾ ਆ ਉਸ ਤੋਂ ਬਾਅਦ ਇਹ ਸਭ ਕੁਛ ਭੁੱਲ ਜਾਂਦੇ ਨੇ। ਜਦੋਂ ਉਹਦੇ ਕੋਲ ਫਿਰ ਜਾਈਏ ਫਿਰ ਪੁੱਛਦੇ ਕੌਣ ਤੁਸੀਂ, ਕੀ ਹੋਇਆ ਕੀ ਨਹੀਂ ਹੋਇਆ, ਸਭ ਕੁਛ ਭੁੱਲ ਜਾਂਦੇ। ਜਦੋਂ ਵਿਜੈ ਦਿਵਸ ਫਿਰ ਆਉਂਦਾ ਆ ਫਿਰ ਪੁੱਛਦੇ ਤੁਹਾਨੂੰ ਕੋਈ ਲੋੜ ਤਾਂ ਨਹੀਂ, ਅਗਰ ਤੁਹਾਡੀ ਲੋੜ ਪਏਗੀ ਸਾਡੀ ਲੋੜ ਪਏਗੀ ਤਾਂ ਤੁਸੀਂ ਸਾਡੇ ਕੋਲ ਆਓ, ਤੁਹਾਡੀ ਲੋੜਾਂ ਪੂਰੀਆਂ ਕਰਾਂਗੇ, ਬਟ ਉਸ ਤੋਂ ਬਾਅਦ ਕੁਛ ਵੀ ਨਹੀਂ ਹੁੰਦਾ ਸਰ। ਉਸ ਟਾਈਮ 'ਤੇ ਮਤਲਬ ਕਿ ਅਸੀਂ ਉੱਥੇ ਮਮੂਨ ਕਹਿੰਦੇ ਸੀਗੇ ਅਤੇ ਆਪਣੇ ਪਠਾਨਕੋਟ ਤੋਂ ਯੂਨਿਟ ਕਾਰਗਿਲ ਗਈ ਸੀ ਅਤੇ ਕਾਰਗਿਲ ਵਿੱਚ ਜਾ ਕੇ 1999 'ਚ ਸ਼ਹੀਦ ਹੋਏ। ਅਤੇ ਉਸ ਟਾਈਮ 'ਤੇ ਮੇਰੇ ਬੱਚੇ ਇੱਕ 8 ਸਾਲ ਦਾ ਸੀਗਾ, ਇੱਕ 10 ਸਾਲ ਦਾ ਸੀਗਾ। ਅਤੇ ਉਸ ਵੇਲੇ ਸਰਕਾਰ ਨੇ ਕਿਹਾ ਸੀਗਾ ਕਿ ਭਾਈ ਗੇਟ ਬਣੇਗਾ ਅਤੇ ਬੱਚੇ ਨੂੰ ਨੌਕਰੀ ਮਿਲੇਗੀ। ਨਾ ਗੇਟ ਬਣਿਆ, ਨਾ ਬੱਚੇ ਨੂੰ ਨੌਕਰੀ ਮਿਲੀ ਹੈ। ਮੇਰੇ ਬੱਚੇ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਅਤੇ ਮਤਲਬ ਕਿ ਗੇਟ ਬਣਨਾ ਚਾਹੀਦਾ, ਇੱਕ ਇਹਨਾਂ ਦੇ ਨਾਂ 'ਤੇ ਉਹ ਸਟੇਡੀਅਮ ਬਣਨਾ ਚਾਹੀਦਾ ਜਿਹੜਾ ਭਾਈ ਸਾਲ ਬਾਅਦ ਇਹਨਾਂ ਦੇ ਨਾਂ 'ਤੇ ਕੋਈ ਮੈਚ ਵਗੈਰਾ ਮਤਲਬ ਹੋਵੇ। ਜੋ ਸਰਕਾਰ ਨੇ ਵਾਅਦੇ ਕੀਤੇ ਸੀਗੇ ਉਹ ਪੂਰੇ ਨਹੀਂ ਕੀਤੇ। ਅਤੇ ਅਸੀਂ ਜੀ ਕਾਫੀ ਬਹੁਤ ਵਾਰੀ ਗਏ ਹਾਂ, ਮਤਲਬ ਕਿ ਦਫ਼ਤਰਾਂ ਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਲੀਡਰ ਸ਼ਹੀਦਾਂ ਦੀ ਸ਼ਹੀਦੀ ਉੱਤੇ ਵੀ ਆਪਣੀਆਂ ਸਿਆਸੀ ਰੋਟੀਆਂ ਸੇਕਣ ਤੋਂ ਗੁਰੇਜ਼ ਨਹੀਂ ਕਰਦੇ। ਲੋੜ ਹੈ ਚੋਣਾਂ ਸਮੇਂ ਗਿਰਕਟ ਵਾਂਗ ਰੰਗ ਬਦਲਣ ਵਾਲੇ ਇਹਨਾਂ ਲੀਡਰਾਂ ਨੂੰ ਕਿ ਉਹ ਇਹਨਾਂ ਸ਼ਹੀਦਾਂ ਦੀ ਸ਼ਹੀਦੀ ਦਾ ਸਿਆਸੀ ਲਾਹਾ ਲੈਣ ਦੀ ਬਜਾਏ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਜ਼ਮੀਨੀ ਪੱਧਰ ਉੱਤੇ ਮਦਦ ਕਰਨ ਤਾਂ ਜੋ ਇਹਨਾਂ ਸ਼ਹੀਦਾਂ ਨੂੰ ਅਸਲੀ ਸਨਮਾਨ ਮਿਲ ਸਕੇ। ਗੁਰਦਾਸਪੁਰ ਤੋਂ ਦੀਪਕ ਕੁਮਾਰ ਦੇ ਨਾਲ ਬਿਊਰੋ ਰਿਪੋਰਟ, KTV।